ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਹਾਂ ਹਰਕੀਤ ਕੌਰ। ਸਾਡੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹੁਣ ਜਿਹੜਾ ਟਾਈਮ ਹੈ ਜੀ, ਆਥਣ ਦਾ ਟਾਈਮ ਹੈ, ਸ਼ਾਮ ਦਾ 5:30 ਹੋ ਗਏ ਨੇ। ਆਪਾਂ ਅੱਜ ਬਣਾਵਾਂਗੇ ਜੀ ਸ਼ਾਮ ਦੀ ਸਬਜ਼ੀ, ਸ਼ਿਮਲਾ ਮਿਰਚ, ਪਿਆਜ, ਆਲੂ ਅਤੇ ਪਿਆਜ ਅਤੇ ਟਮਾਟਰ ਅਦਰਕ ਦੇ ਤੜਕੇ ਵਾਸਤੇ ਤਿਆਰ ਕਰਾਂਗੇ। ਚਲੋ ਜੀ, ਆਪਾਂ ਕੱਟਦੇ ਹਾਂ। ਅੱਜ ਬੋਟੀ ਟੁੱਟ ਗਈ ਜੀ, ਨੁਕਸਾਨ ਹੋ ਗਿਆ ਆਪਣੇ। ਆਹ ਦੇਖੋ, ਇੰਨੀ ਬੋਟੀ ਟੁੱਟ ਗਈ, ਪਤਾ ਨਹੀਂ ਕਿਵੇਂ ਟੁੱਟੀ ਦੇ ਪਤਾ ਲੱਗਿਆ। ਆਪਾਂ ਸ਼ਿਮਲਾ ਮਿਰਚ ਕੱਟਦੇ ਹਾਂ ਜੀ, ਆਪਾਂ ਬਰੀਕ ਬਰੀਕ ਲੰਮੀ ਲੰਮੀ ਕੱਟਾਂਗੇ ਆਲੂ ਵਾਂਗ। ਹਾਂਜੀ, ਅੱਜ ਪਲੀਜ਼ ਵੀਡੀਓ ਐਂਡ ਤੱਕ ਜ਼ਰੂਰ ਦੇਖਣਾ। ਜੇ ਮੇਰੇ ਚੈਨਲ 'ਤੇ ਪਹਿਲੀ ਵਾਰ ਆਇਓ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ, ਅੱਗੇ ਸ਼ੇਅਰ ਕਰਨਾ। ਹਾਂਜੀ, ਆਪਾਂ ਸਬਜ਼ੀ ਤਿਆਰ ਕਰ ਲਈ। ਪਿਆਜ਼ ਕੱਟ ਲਏ, ਟਮਾਟਰ, ਅਦਰਕ, ਆਲੂ ਅਤੇ ਸ਼ਿਮਲਾ ਮਿਰਚ। ਕੜਾਹੀ ਨੂੰ ਗਰਮ ਹੋਣ ਦੀ, ਇਹਦੇ ਵਿੱਚ ਪਾਵਾਂਗੇ ਆਪਾਂ ਜੀ ਤੇਲ। ਤੇਲ ਹੋ ਗਿਆ ਆਪਣਾ ਗਰਮ, ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ। ਜੀਰਾ ਭੁੱਜ ਗਿਆ, ਇਹਦੇ ਵਿੱਚ ਪਾਵਾਂਗੇ ਆਪਾਂ ਪਿਆਜ, ਅਦਰਕ, ਇਹਨੂੰ ਮਾੜਾ ਜਿਹਾ ਭੁੱਜ ਜਾਣਗੇ, ਫਿਰ ਆਪਾਂ ਸਾਰਾ ਸਮਾਨ ਪਾਵਾਂਗੇ। ਸਾਰਾ ਕੁਛ ਨਾਲ ਹੀ ਪੱਕ ਜੂਗਾ, ਆਲੂ, ਸ਼ਿਮਲਾ ਮਿਰਚ, ਟਮਾਟਰ, ਸਾਰਾ ਕੁਛ ਪਾ ਦਾਂਗੇ। ਥੋੜ੍ਹਾ ਜਿਹਾ ਪਿਆਜ਼ ਨੂੰ ਭੁੱਜ ਦੇਣਗੇ, ਬਰਾਊਨ ਹੋਣਗੇ। ਧਾਰ ਕੱਢਦੇ ਹਾਂ, ਸਵੇਲਾ ਹੋ ਜਾਂਦਾ, ਮੱਝਾਂ ਸੰਭਾਲਦੇ ਹਾਂ। ਅਤੇ ਅੱਜ ਸਾਡੀ ਬੀਬੀ ਗਈ ਸੀ ਰਿਸ਼ਤੇਦਾਰੀ 'ਚ, ਉੱਥੋਂ ਮੈਂ ਰੱਖ ਲਈ। ਇਹ ਪਿਆਜ਼ ਮੈਂ ਜ਼ਿਆਦਾ ਬਰੀਕ ਨਹੀਂ ਕੱਟੇ ਹੈਗੇ, ਕਿਉਂਕਿ ਜਿਵੇਂ ਆਪਣੇ ਸ਼ਿਮਲਾ ਮਿਰਚ ਹੋਵੇ ਉਸ ਹਿਸਾਬ ਨਾਲ ਕੱਟੇ ਨੇਗੇ। ਆਲੂ ਮੈਂ ਬਰੀਕ ਕੱਟੇ ਨੇ, ਫਾੜੀਆਂ, ਜਿਵੇਂ ਆਪਣੇ ਪਕੌੜਿਆਂ ਵਾਲੇ ਬਰੀਕ ਆਲੂ ਹੁੰਦੇ ਨੇ, ਐਵੇਂ ਕੱਟੇ ਨੇਗੇ। ਜਿਹੜੀ ਮੋਟੀ ਆ ਉਹ ਆਪਾਂ ਹੋਰ ਕਰ ਦਿੰਦੇ, ਕਿਉਂਕਿ ਫਿਰ ਸੇਬ ਵੀ ਪੱਕ ਜਾਂਦੀ ਹੈ ਜੀ ਸਬਜ਼ੀ। ਲਓ ਜੀ, ਹੁਣ ਆਪਾਂ ਪਾਉਣੇ ਇਹਦੇ ਵਿੱਚ ਸ਼ਿਮਲਾ ਮਿਰਚ। ਇਹ ਪਹਿਲੀ ਮੈਂ ਨਾ ਧੋ ਕੇ ਸੁਕਾ ਲਈ ਸੀਗੀ, ਫਿਰ ਚੀਰੀ ਹੈਗੀ। ਹੁਣ ਪਾਉਣੇ ਇਹਦੇ ਵਿੱਚ ਮੈਂ ਆਲੂ, ਆਪਣਾ ਸਾਰਾ ਸਮਾਨ ਇਕੱਠੇ ਹੀ ਪੱਕ ਜੀ। ਟਮਾਟਰ ਜੇ ਆਪਾਂ ਪਿਆਜ਼ ਨਾਲ ਹੀ ਟਮਾਟਰ ਪਾ ਲਾਂਗੇ, ਫਿਰ ਆਪਣਾ ਥੱਲੇ ਲੱਗ ਜਾਂਦਾ ਹੈਗਾ ਆਪਣਾ। ਲਓ ਜੀ, ਆਪਾਂ ਇਹਨੂੰ ਹਲਿਆਉਂਦੇ ਰਹਾਂਗੇ, ਭੁੱਜਣਗੇ ਉਹਨੂੰ। ਲਓ ਜੀ, ਆਪਾਂ ਇਹਨੂੰ ਨਾਲ ਹੁੰਦੇ ਹਲਿਆਉਂਦੇ ਰਹਾਂਗੇ, ਸਬਜ਼ੀ ਨੂੰ ਵੀ ਥੱਲੇ ਨਾਲ ਲੱਗ ਜੇ। ਆਪਾਂ ਇੱਧਰੋਂ ਗੈਸ ਘੱਟ ਕਰ ਰੱਖਿਆ ਸੇਕ, ਕਿਉਂਕਿ ਜਿੰਨੀ ਆਪਾਂ ਘੱਟ ਅੱਗ ਰੱਖਾਂਗੇ ਉੱਨੀ ਵਧੀਆ ਸਬਜ਼ੀ ਬਣੂਗੀ। ਬਸ 2-2 ਮਿੰਟਾਂ, 20 ਮਿੰਟ ਮਿੰਟ 'ਚ ਆਪਾਂ ਇਹਨੂੰ ਹਲਿਆਉਂਦੇ ਰਹਾਂਗੇ। ਹੁਣ ਗਰਮੀਆਂ 'ਚ ਸਬਜ਼ੀਆਂ ਦਾ ਔਖਾ ਹੋ ਜਾਊ, ਬਰਤਨ ਕੱਦੂ ਹੀ ਹੋਇਆ ਕਰਨਗੇ।
ਬਹੁਤ ਔਖਾ ਹੋ ਜੂ ਗਰਮੀ ਹੈ ਸਬਜ਼ੀ ਦਾ। ਹਾਂਜੀ ਸਬਜ਼ੀ ਆਪਣੀ ਪੱਕ ਗਈ ਹੈ, ਉਸ ਆਪਣਾ ਮਸਾਲਾ ਪੁੱਟ ਗੋਰੋ ਪੱਕ ਜੂਗੀ। ਇਹਦੇ ਵਿੱਚ ਪਾਵਾਂਗੇ ਆਪਾਂ ਸਵਾਦ ਅਨੁਸਾਰ ਲੂਣ ਮਿਰਚ, ਜਿਵੇਂ ਆਪਾਂ ਵੱਧ ਖਾਂਦੇ ਹਾਂ ਵੱਧ ਪਾ ਸਕਦੇ ਹਾਂ, ਘੱਟ ਖਾਂਦੇ ਆਪਾਂ ਘੱਟ ਪਾ ਸਕਦੇ ਹਾਂਗੇ। ਲੂਣ ਮਿਰਚ ਪਾ ਕੇ ਲੂਣ ਪਾ ਤਾ, ਥੋੜ੍ਹਾ ਜਿਹਾ ਪਾਵਾਂਗੇ ਆਪਾਂ ਗਰਮ ਮਸਾਲਾ, ਜ਼ਿਆਦਾ ਨਹੀਂ ਪਾਉਂਦੇ। ਹਾਂਜੀ ਮਸਾਲੇ ਨੂੰ ਪੱਕ ਜਾਣ ਦੇ, ਆਪਣੀ ਸਬਜ਼ੀ ਚੰਗੀ ਤਰ੍ਹਾਂ ਪੱਕ ਗਈ, ਮਸਾਲਾ ਪੱਕ ਗਿਆ। ਆਪਾਂ ਸਮਾਨ ਇਹਦੇ ਵਿੱਚ ਪਾ ਦਿੱਤਾ ਹੈਗਾ, ਆਪਾਂ ਗੈਸ ਕਰ ਦੇਣੇ ਘੱਟ। ਸੇਕ ਘੱਟ ਕਰ ਦਿੱਤਾ ਆਪਾਂ ਨੂੰ, ਹੋਰ ਵੀ ਆਪਾਂ ਕਰ ਦਾਂਗੇ ਬੰਦ ਇਹਦੀ। ਗੁਰਮੁਨਜੀਤ ਢੱਕਣ ਲਿਆ ਦੇ ਤੇਰਾ, ਭਾਫ ਨਾਲ ਢਲ ਜਾਣਗੇ ਜਿਹੜੇ ਆਲੂ ਥੋੜ੍ਹੇ ਜਿਹੇ ਕੱਟਦੇ ਨੇਗੇ। ਸ਼ਿਮਲਾ ਮਿਰਚ ਅਤੇ ਪਿਆਜ਼ ਤਾਂ ਪੱਕ ਗਏ ਨੇ, ਜਿਹੜੇ ਆਲੂ ਨੇ ਆਪਣੇ ਥੋੜ੍ਹੇ ਜਿਹੇ ਕੱਚੇ ਨੇਗੇ, ਉਹ ਆਪਾਂ ਘੱਟ ਕਰ ਦਿੱਤਾ ਗੈਸ, ਸੇਕ ਘੱਟ ਕਰ ਦਿੱਤਾ ਅਤੇ ਭਾਫ ਨਾਲ ਢਲ ਜਾਣਗੇ ਦੋ ਮਿੰਟਾਂ ਨੂੰ ਆਪਾਂ ਦੇਖਦੇ ਹਾਂ। ਚਲੋ ਜੀ ਆਪਾਂ ਇੰਨੇ ਕਮੈਂਟ ਪੜ੍ਹ ਦਿਆਂਗੇ। ਹਾਂਜੀ ਮੇਰੇ ਵਿਊਵਰ ਬਹੁਤ ਪਿਆਰੇ ਨੇ, ਬਹੁਤ ਹੀ ਵਧੀਆ ਨੇ ਜੀ, ਬਹੁਤ ਹੀ ਮੇਰੇ ਚੈਨਲ ਨੂੰ ਸਪੋਰਟ ਕਰ ਰਹੇ ਨੇ। ਗੁਰਵਿੰਦਰ ਸਿੰਘ ਮੇਰਾ ਵੀਰ ਬਹੁਤ ਹੀ ਪਿਆਰਾ ਹੈਗਾ, ਮੈਨੂੰ ਤਰਸੇਮ ਵੀਰ ਵਾਂਗੂ ਵੀ ਲੱਗਦਾ, ਮੇਰੇ ਚੈਨਲ ਨੂੰ ਪੂਰੀ ਸਪੋਰਟ ਦਿੰਦਾ, ਹਰ ਰੋਜ਼ ਮੇਰੀ ਵੀਡੀਓ ਦੇਖਦਾ ਅਤੇ ਕਮੈਂਟ ਕਰਦਾ। ਬਹੁਤ ਬਹੁਤ ਥੈਂਕ ਯੂ ਵੀਰੋ, ਤਾਏ ਦੇ ਰੋਜ਼ ਧੰਨਵਾਦ ਤੁਹਾਡਾ, ਤੁਸੀਂ ਮੇਰੀ ਵੀਡੀਓ ਦੇਖਦੇ ਹੋ ਕਮੈਂਟ ਕਰਦੇ ਹੋ, ਥੈਂਕ ਯੂ ਵੀਰੇ, ਬਹੁਤ ਬਹੁਤ ਧੰਨਵਾਦ। ਹਾਂਜੀ ਵਰਿੰਦਰ ਕੌਰ ਕਨੇਡਾ ਦੀਦੀ, ਤੁਹਾਡਾ ਦੀਦੀ ਤੁਹਾਡਾ ਬਹੁਤ ਬਹੁਤ ਥੈਂਕ ਯੂ, ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ, ਤੁਹਾਡਾ ਤਾਏ ਦੇ ਰੋਜ਼ ਧੰਨਵਾਦ। ਵਾਹਿਗੁਰੂ ਸਾਨੂੰ ਤਰੱਕੀਆਂ ਬਖਸ਼ੇ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਅਤੇ ਅਗਲਾ ਹੈਗਾ ਜੀ ਬਲਜੋਤ ਸਿੰਘ, ਹਾਂਜੀ ਬਲਜੋਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਮੇਰੀ ਹਰ ਰੋਜ਼ ਵੀਡੀਓ ਦੇਖਦੇ ਹੋ ਕਮੈਂਟ ਕਰਦੇ ਹੋ ਜੀ। ਅਮਨਦੀਪ ਕੌਰ ਬਰਾੜ ਦੀਦੀ ਥੈਂਕ ਯੂ, ਬਹੁਤ ਬਹੁਤ ਥੈਂਕ ਯੂ, ਤਾਏ ਦੇ ਰੋਜ਼ ਧੰਨਵਾਦ ਤੁਹਾਡਾ ਵੀ, ਤੁਸੀਂ ਮੇਰੀ ਹਰ ਰੋਜ਼ ਵੀਡੀਓ ਦੇਖਦੇ ਹੋ ਅਤੇ ਕਮੈਂਟ ਕਰਦੇ ਹੋਗੇ ਜੀ। ਜਗਜੀਤ ਕੌਰ ਗਿੱਲ, ਹਾਂਜੀ ਜਗਜੀਤ ਕੌਰ ਗਿੱਲ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ, ਤੁਸੀਂ ਮੇਰੇ ਚੈਨਲ ਨੂੰ ਬਹੁਤ ਬਹੁਤ ਪਿਆਰ ਦਿੰਦੇ ਹੋ, ਤਾਏ ਦੇ ਰੋਜ਼ ਧੰਨਵਾਦ ਜੀ ਆਇਆਂ ਜੀ ਚੈਨਲ 'ਤੇ। ਹਰਜਿੰਦਰ ਕੌਰ ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ 'ਤੇ, ਅਤੇ ਬਹੁਤ ਬਹੁਤ ਪਿਆਰ ਸੁਣਨੂੰ ਜੀ ਮੇਰੇ ਕੰਨਿਓ ਸਾਰੇ ਵਿਊਵਰਾਂ ਨੂੰ। ਹਾਂਜੀ ਜਸਵਿੰਦਰ ਕੌਰ ਜੀ ਤਾਏ ਦੇ ਰੋਜ਼ ਧੰਨਵਾਦ, ਤੁਸੀਂ ਮੇਰੀ ਵੀਡੀਓ ਹਰ ਰੋਜ਼ ਦੇਖਦੇ ਹੋ। ਅਤੇ ਅੱਗੇ ਹੈਗਾ ਜੀ ਹਰਮਨ ਸਹੋਤਾ ਜੀ ਬਹੁਤ ਬਹੁਤ ਥੈਂਕ ਯੂ, ਤੁਸੀਂ ਮੇਰੀ ਵੀਡੀਓ ਦੇਖਦੇ ਹੋ, ਬਹੁਤ ਮੇਰੀ ਵੀਡੀਓ ਨੂੰ ਪਿਆਰ ਦਿੰਦੇ ਹੋ ਅਤੇ ਹਰ ਰੋਜ਼ ਮੈਨੂੰ ਕਮੈਂਟ ਕਰਦੇ ਹੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਹਾਂਜੀ ਅੱਗੇ ਹੈਗਾ ਜੀ ਬਲਜੀਤ ਸਿੰਘ, ਹਾਂਜੀ ਬਲਜੀਤ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਮੇਰੀ ਹਰ ਰੋਜ਼ ਵੀਡੀਓ ਦੇਖਦੇ ਹੋ, ਮੇਰੀ ਵੀਡੀਓ ਨੂੰ ਬਹੁਤ ਬਹੁਤ ਪਿਆਰ ਦਿੰਦੇ ਹੋ, ਤੁਹਾਡਾ ਥੈਂਕ ਯੂ। ਹਾਂਜੀ ਅੱਗੇ ਹੈਪੀ ਸਿੰਘ, ਹਾਂਜੀ ਹੈਪੀ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ, ਵਾਹਿਗੁਰੂ ਸਾਨੂੰ ਤਰੱਕੀਆਂ ਬਖਸ਼ੇ ਜੀ, ਤੁਸੀਂ ਮੇਰੀ ਵੀਡੀਓ ਹਰ ਰੋਜ਼ ਦੇਖ ਕੇ ਮੈਨੂੰ ਕਮੈਂਟ ਕਰਦੇ ਹੋ, ਮੈਨੂੰ ਬਹੁਤ ਵਧੀਆ ਲੱਗਦਾ ਜੀ, ਮੈਨੂੰ ਆਪਦੇ ਆਪ ਮੇਰੇ ਭੈਣ ਭਾਈ ਵਾਂਗੂ ਹੀ ਲੱਗਦੇ ਹੋ, ਤੁਸੀਂ ਸਾਰਾ ਪਰਿਵਾਰ ਮੈਨੂੰ ਆਪਣਾ ਹੀ ਲੱਗਦਾ ਹੈਗਾ, ਤੁਹਾਡਾ ਸਾਰਿਆਂ ਦਾ ਤਾਏ ਦੇ ਰੋਜ਼ ਧੰਨਵਾਦ। ਬਹੁਤ ਸਾਰੇ ਵਿਊਵਰ ਨੇ ਜੀ, ਆਪਣੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਅਤੇ ਵੀ ਆਪਾਂ ਕਮੈਂਟ ਪੜ੍ਹ ਲਈ, ਆਪਾਂ ਹੋਰ ਵੀਡੀਓ 'ਚ ਤੁਹਾਡੇ ਜਿਹੜੇ ਵਿਊਵਰ ਰਹਿ ਗਏ, ਮੇਰੇ ਪਿਆਰੇ ਪਿਆਰੇ ਵਿਊਵਰ ਰਹਿ ਗਏ ਜਿਹੜੇ, ਆਪਾਂ ਉਹਨਾਂ ਦਾ ਨਾਂ ਆਪਾਂ ਅਗਲੀ ਵੀਡੀਓ 'ਚ ਬੋਲਾਂਗੇ ਜੀ, ਤਾਏ ਦੇ ਰੋਜ਼ ਧੰਨਵਾਦ, ਥੈਂਕ ਯੂ ਜੀ ਸਾਰੇ ਵਿਊਵਰਾਂ ਦਾ। ਹਾਂਜੀ ਆਪਣੀ ਸਬਜ਼ੀ ਬਣ ਕੇ ਤਿਆਰ ਹੈ, ਗੈਸ ਕਰਦੇ ਹਾਂ ਆਪਾਂ ਬੰਦ। ਹਾਂਜੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ, ਅਤੇ ਜਿਹੜੇ ਮੇਰੇ ਵਿਊਵਰ ਰਹਿ ਗਏ ਆਪਾਂ ਅਗਲੀ ਵੀਡੀਓ 'ਚ ਨਾਂ ਬੋਲਾਂਗੇ ਜੀ, ਮੈਨੂੰ ਬਹੁਤ ਹੀ ਪਿਆਰੇ ਹੋ ਸਾਰੇ ਵਿਊਵਰ ਮੇਰੇ। ਹਾਂਜੀ ਮਿਲਦੇ ਹਾਂ ਅਗਲੀ ਵੀਡੀਓ ਨਾਲ, ਅੱਜ ਦੀ ਵੀਡੀਓ ਦਾ ਪੈਂਡ ਇੱਥੇ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।